दीप सिद्धू दे साथी कहे जाने वाले गुरप्रीत सिंह दे कतल मामले च हुण इक वड्डा अपडेट सामने आया। दरअसल गुरप्रीत सिंह दे परिवारक मैंबरां दे वल्लों एक प्रेस कॉन्फ्रेंस कीती गई है, जिस दे विच उन्हां ने सीधे ही कतल दे इल्जाम सांसद अमृतपाल सिंह अते उन्हां दे समर्थकां दे उत्ते लगाए ने। जी हाँ, दस दिए कि गुरप्रीत सिंह जो कि फरीदकोट दे पिंड हरीनो दा रहण वाला सी, जिसका कि सरपंची चोणां तों पहलां जदों उह सरपंची उम्मीदवार दे हक दे विच चोण प्रचार करके घर वापस आ रहा सी, तां रस्ते दे विच उसदा गोलियां मार के कतल कर दिता गया सी ते पिंड दे विच ही इस वारदात नूं अंजाम दिता गया सी। लगातार पुलिस दे वल्लों दोषियां दी भाल की जा रही है, पर इसी विचकार हुण गुरप्रीत सिंह दे परिवारक मैंबर कैमरे दे सामने आए ने ते उहनां दे वल्लों वड्डे इल्जाम जो ने उह अमृतपाल सिंह अते अमृतपाल सिंह दे समर्थकां दे उत्ते लगाए ने। जी हाँ, उहनां दा कहना है कि पहला वारिस पंजाब जत्थेबंदी दे जदों मुखी दीप सिद्धू सी तां उस समय गुरप्रीत सिंह उस दे विच खजानची सी, पर जदों दीप सिद्धू दी मौत होई तां उस तों बाद अमृतपाल सिंह दे नाल गुरप्रीत सिंह दी काफ़ी अनबन रहण लगी, जिस तों बाद गुरप्रीत सिंह दे वल्लों सोशल मीडिया दे उत्ते लगातार काफ़ी पोस्टां पाईआं जांदियां ने ते इस तों बाद उसनूं धमकियां मिलण दा सिलसिला शुरू हो जांदा। हाल ही दे दिनां दे विच जदों उसदी मौत होई तां उस तों 3 दिन पहलां वी उसनूं कुछ लोगों के वलों शरेआम धमकी दी गई सी ते हुण उसका यह गोलियां मार के कतल कर दिता गया। तो परिवारक मैंबरों के वलों अमृतपाल सिंह के उत्ते इस कतल के सीधे ही इल्जाम लगाए गए हैं, पर यह जांच का विषय, पुलिस के वलों मामला दर्ज करके जांच शुरू कर दी गई है ते हाल ही के दिनों के गुरप्रीत सिंह का अंतिम संस्कार भी कर दिता गया ते परिवारक मैंबरों के वलों हाले भी पुलिस प्रशासन के कोल लगातार इंसाफ की गुहार लगाई जा रही है। मेरा नाम सोपी सिंह, सरदार नरमल सिंह, ਇਹ ਮੇਰੇ ਤਾਇਆ ਜੀ ਹੈ ਸਰਦਾਰ ਹਾਕਮ ਸਿੰਘ, ਇਹ ਮੇਰੇ ਤਾਇਆ ਜੀ ਹੈ ਰਵਿੰਦਰ ਕੌਰ ਜੀ, ਅਤੇ ਮੈਂ ਗੁਰਪ੍ਰੀਤ ਸਿੰਘ ਦਾ ਚਚੇਰਾ ਭਰਾ। ਸੋ ਮੈਂ 2018 ਤੋਂ 2021 ਤੱਕ ਅੰਮ੍ਰਿਤਪਾਲ ਦੇ ਨਾਲ ਰਹਿ ਰਿਹਾ ਸੀਗਾ ਦੁਬਈ। ਉਸ ਵੇਲੇ ਬਾਈ ਗੁਰਪ੍ਰੀਤ ਸਿੰਘ ਵੀ ਦੁਬਈ ਰਹਿ ਰਿਹਾ ਸੀਗਾ। ਜਦੋਂ ਕਿਸਾਨੀ ਮੋਰਚੇ ਦੇ ਵਿੱਚ ਬਾਈ ਦੀਪ ਸਿੱਧੂ ਦੀ ਸ਼ਮੂਲੀਅਤ ਹੁੰਦੀ ਆ ਅਤੇ ਬਾਈ ਗੁਰਪ੍ਰੀਤ ਦਾ ਅਤੇ ਬਾਈ ਦੀਪ ਸਿੱਧੂ ਦਾ ਰਾਬਤਾ ਹੁੰਦਾ, ਉਹਨਾਂ ਦਾ ਆਪਸੀ ਮੇਲ ਜੋਲ ਜਿਹੜਾ ਹੈਗਾ ਉਹ ਹੁੰਦਾ ਸੋਸ਼ਲ ਮੀਡੀਆ 'ਤੇ। ਫਿਰ 15 December 2021 ਨੂੰ ਬਾਈ ਦੀਪ ਸਿੱਧੂ ਜਦੋਂ ਜਥੇਬੰਦੀ ਬਣਾਉਂਦੇ ਆ ਤਾਂ ਉਹ ਜਥੇਬੰਦੀ ਦੇ ਵਿੱਚ ਬਾਈ ਗੁਰਪ੍ਰੀਤ ਸਿੰਘ 9 ਮੁੱਢਲੇ ਮੈਂਬਰਾਂ ਦੇ ਵਿੱਚੋਂ ਇੱਕ ਹੁੰਦੇ ਆ ਅਤੇ ਬਾਈ ਗੁਰਪ੍ਰੀਤ ਸਿੰਘ ਦੀ ਇਮਾਨਦਾਰੀ ਅਤੇ ਭਰੋਸੇਯੋਗਤਾ ਨੂੰ ਦੇਖਦੇ ਹੋਏ ਬਾਈ ਦੀਪ ਸਿੱਧੂ ਵੱਲੋਂ ਉਹਨਾਂ ਨੂੰ ਜਥੇਬੰਦੀ ਦਾ ਖਜ਼ਾਨਚੀ ਨਿਯੁਕਤ ਕੀਤਾ ਜਾਂਦਾ। ਪਰ ਉਸ ਤੋਂ ਬਾਅਦ ਜਦੋਂ ਬਾਈ ਦੀਪ ਸਿੱਧੂ ਦੀ ਡੈਥ ਹੁੰਦੀ ਆ ਅਤੇ ਜਿਹੜਾ ਮੁੰਡਾ ਅੰਮ੍ਰਿਤਪਾਲ ਸਿੰਘ ਇਹ ਪੰਜਾਬ ਆਉਂਦਾ ਅਤੇ ਇਹਨੂੰ ਇਹਨਾਂ ਸਾਰੇ ਬੰਦਿਆਂ ਵੱਲੋਂ, ਬਾਈ ਗੁਰਪ੍ਰੀਤ ਸਿੰਘ ਹੋਰਾਂ ਵੱਲੋਂ ਅਤੇ ਦੂਸਰੇ ਬੰਦਿਆਂ ਵੱਲੋਂ ਜਥੇਬੰਦੀ ਦਾ ਜਿਹੜਾ ਉਹ ਮੁਖੀ ਲਾਇਆ ਜਾਂਦਾ। ਪਰ ਅੰਮ੍ਰਿਤਪਾਲ ਨੂੰ ਵਾਪਸ ਪੰਜਾਬ ਦੀ ਜਥੇਬੰਦੀ ਦਾ ਮੁਖੀ ਲਾਉਣ ਤੋਂ ਥੋੜ੍ਹੇ ਸਮੇਂ ਬਾਅਦ ਹੀ ਇਹਨਾਂ ਕੁਛ ਬੰਦਿਆਂ ਦੇ, ਜਥੇਬੰਦੀ ਦੇ ਕੁਛ ਜਿਹੜੇ ਮੇਨ ਬੰਦੇ ਆ ਉਹਨਾਂ ਦੇ ਉਹਦੇ ਨਾਲ ਜਿਹੜੇ ਸਿਧਾਂਤਕ ਵਖਰੇਵੇਂ ਸ਼ੁਰੂ ਹੋ ਜਾਂਦੇ ਆ ਅਤੇ ਬਾਈ ਗੁਰਪ੍ਰੀਤ ਸਿੰਘ ਨੇ ਪਹਿਲਾਂ ਮਿਲ ਕੇ ਵੀ ਉਹਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀਗੀ ਐਂਡੋਰ ਅਤੇ, ਪਰ ਜਦੋਂ ਉਹਨਾਂ ਨੇ ਨਹੀਂ ਗੱਲ ਮੰਨੀ ਤਾਂ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਜਿਹੜੇ ਆਪਣੇ ਇਤਰਾਜ਼ ਸੀਗੇ, ਆਪਣੇ ਅਸਹਿਮਤੀਆਂ ਸੀਗੀਆਂ ਅਤੇ ਕੁਛ ਸਿਧਾਂਤਕ ਵਖਰੇਵਿਆਂ ਨੂੰ ਲੈ ਕੇ ਜਿਹੜਾ ਉਹਨਾਂ ਦਾ ਵਿਰੋਧ ਸੀਗਾ ਉਹ ਸੋਸ਼ਲ ਮੀਡੀਆ 'ਤੇ ਦਰਜ ਕਰਾਉਣਾ ਜਿਹੜਾ ਉਹ ਸ਼ੁਰੂ ਕਰਤਾ। ਉਸ ਤੋਂ ਬਾਅਦ ਇੱਕ ਲਗਾਤਾਰ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਉਹਦੇ ਪ੍ਰਤੀ, ਉਹਦੇ ਖਿਲਾਫ ਨਫ਼ਰਤ ਦਾ ਮਾਹੌਲ ਜਿਹੜਾ ਬਣਾਇਆ ਜਾਂਦਾ ਅਤੇ ਉਹਦੇ ਸਮਰਥਕਾਂ ਵੱਲੋਂ ਲਗਾਤਾਰ ਉਹਨੂੰ ਥ੍ਰੈਟ ਕੀਤਾ ਜਾਂਦਾ ਅਤੇ ਉਹਨਾਂ ਦੇ ਕਤਲ ਤੋਂ ਕੁਛ ਦਿਨ ਪਹਿਲਾਂ ਹੀ ਇਨ ਪਰਸਨ ਬੰਦੇ ਆ ਕੇ ਉਹਨਾਂ ਨੂੰ ਧਮਕੀਆਂ ਦੇ ਕੇ ਜਾਂਦੇ ਆ ਕਿ ਤੁਸੀਂ ਅੰਮ੍ਰਿਤਪਾਲ ਸਿੰਘ ਦੇ ਜਿਹੜਾ ਖਿਲਾਫ਼ ਲਿਖਦੇ ਆ ਵੀ ਉਹ ਬੰਦ ਕਰ ਦਿਉ, ਜਿਹੜੇ ਨਹੀਂ ਤਾਂ ਇਹਦੇ ਨਤੀਜੇ ਆ ਜਿਹੜੇ ਉਹ ਬਹੁਤ ਮਾੜੇ ਨਿਕਲਣਗੇ। ਸੋ ਇਹਨਾਂ ਧਮਕੀਆਂ ਤੋਂ ਸਾਨੂੰ ਇਹ ਯਕੀਨ ਆ ਕਿ ਜਿਹੜਾ ਬਾਈ ਦੀਪ ਜਿਹੜਾ ਬਾਈ ਗੁਰਪ੍ਰੀਤ ਸਿੰਘ ਦਾ ਜਿਹੜਾ ਕਤਲ ਆ ਉਹ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਅਤੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਵੱਲੋਂ ਕਰਵਾਇਆ ਗਿਆ। ਸੋ ਅਸੀਂ ਇਹ ਚਾਹੀਦਾ ਵੀ ਪ੍ਰਸ਼ਾਸਨ ਨੂੰ ਕਿ ਇਸ ਦੀ ਜਿਹੜੀ ਹੈ ਤਹਿਕੀਕਾਤ ਉਹ ਵੀ ਤਰੀਕੇ ਦੇ ਨਾਲ ਕੀਤੀ ਜਾਵੇ।